ਜਿੱਥੇ ਗਰਮੀ ਤੋਂ ਪਰੇਸ਼ਾਨ ਲੋਕ ਮੀਂਹ ਦੀ ਉਡੀਕ ਕਰ ਰਹੇ ਸਨ ਤਾਂ ਹੁਣ ਇੱਕ ਵਾਰ ਦਾ ਪਿਆ ਮੀਂਹ ਹੀ ਇਹਨਾਂ ਲੋਕਾਂ ਲਈ ਮੁਸੀਬਤ ਬਣ ਗਿਆ। ਤਸਵੀਰਾਂ ਦੇਖੋ ਜਿਸ ਵਿੱਚ ਸਾਰਾ ਕੁਝ ਬਿਆਨ ਹੋ ਰਿਹਾ ਹੈ। ਸੜਕਾਂ ਦਰਿਆ ਦਾ ਰੂਪ ਧਾਰਨ ਕਰ ਚੁੱਕੀਆਂ ਨੇ ਤੇ ਵਾਹਨ ਇਸ ਪਾਣੀ ਦੇ ਵਿੱਚ ਬੰਦ ਪਏ ਨੇ। ਧੱਕਾ ਲਗਾ ਲਗਾ ਕੇ ਲੋਕ ਆਪਣੀਆਂ ਗੱਡੀਆਂ ਨੂੰ ਬਾਹਰ ਕੱਢ ਰਹੇ ਨੇ। ਤਸਵੀਰਾਂ ਫਰੀਦਕੋਟ ਦੀਆਂ ਨੇ ਜਿੱਥੇ ਇੱਕ ਵਾਰ ਦੇ ਪਏ ਮੀਂਹ ਨੇ ਹੀ ਸਾਰਾ ਕੁਝ ਜਲ ਥਲ ਕਰਤਾ ਹੈ। ਸੜਕਾਂ ਤੇ ਗੋਡੇ ਗੋਡੇ ਪਾਣੀ ਭਰਿਆ ਹੋਇਆ ਹੈ ਤੇ ਲੋਕਾਂ ਦਾ ਲੰਘਣਾ ਮੁਹਾਲ ਹੋਇਆ ਹੋਇਆ ਹੈ। ਇੱਥੇ ਸੜਕਾਂ ਦੇ ਨਾਲ ਨਾਲ ਗਲੀਆਂ ਤੇ ਘਰਾਂ ਦੇ ਵਿੱਚ ਵੀ ਪਾਣੀ ਭਰ ਚੁੱਕਿਆ ਹੈ। ਗਲੀਆਂ ਦੇ ਵਿੱਚ ਵੀ ਲੋਕ ਬੇਹਾਲ ਹੋ ਗਏ ਨੇ ਤੇ ਘਰਾਂ ਦੇ ਵਿੱਚੋਂ ਵੀ ਵੱਡੇ ਵੱਡੇ ਬਾਟੇ ਲੈ ਕੇ ਬਾਲਟੀਆਂ ਲੈ ਕੇ ਪਾਣੀ ਬਾਹਰ ਕੱਢਿਆ ਜਾ ਰਿਹਾ ਹੈ। ਤਸਵੀਰਾਂ ਦੇਖੋ ਕਿ ਨਿੱਕੇ ਨਿੱਕੇ ਬੱਚੇ ਵੀ ਪਾਣੀ ਬਾਹਰ ਕੱਢ ਰਹੇ ਨੇ ਜੋ ਘਰਾਂ ਦੇ ਅੰਦਰ ਵੜ ਚੁੱਕਿਆ ਹੈ। ਨੀਵੇਂ ਇਲਾਕਿਆਂ ਦੇ ਵਿੱਚ ਐਸਾ ਹਾਲ ਹੋਇਆ ਹੈ ਮੀਂਹ ਦੇ ਨਾਲ ਕਿ ਲੋਕ ਹੁਣ ਘਰ ਦੇ ਅੰਦਰ ਵੀ ਨਹੀਂ ਰਹਿ ਪਾ ਰਹੇ ਨੇ। ਬਾਹਰ ਸੜਕਾਂ ਜਲਥਲ ਹੋਈਆਂ ਪਈਆਂ ਨੇ ਤੇ ਘਰਾਂ ਦੇ ਵਿੱਚ ਵੀ ਪਾਣੀ ਵੜ ਚੁੱਕਿਆ ਹੈ, ਜਿਸ ਕਰਕੇ ਲੋਕਾਂ ਲਈ ਹੁਣ ਮੀਂਹ ਮੁਸੀਬਤ ਬਣ ਗਿਆ ਹੈ। ਦੱਸ ਦਈਏ ਕਿ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਲਗਾਤਾਰ ਬਰਸਾਤ ਹੋ ਰਹੀ ਹੈ, ਜਿਸ ਕਰਕੇ ਹੁਣ ਹਾਲਾਤ ਅਜਿਹੇ ਬਣ ਰਹੇ ਨੇ ਕਿ ਲੋਕ ਹੁਣ ਮੀਂਹ ਨੂੰ ਮੁਸੀਬਤ ਸਮਝਣ ਲੱਗ ਗਏ ਨੇ। ਬੇਸ਼ੱਕ ਗਰਮੀ ਤੋਂ ਰਾਹਤ ਮਿਲੀ ਹੈ, ਪਰ ਇੱਥੇ ਇਸ ਮੌਸਮ ਦਾ ਆਨੰਦ ਨਹੀਂ ਮਾਣਿਆ ਜਾ ਰਿਹਾ, ਕਿਉਂਕਿ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਹੀ ਔਖਾ ਹੋ ਗਿਆ। ਜਿਸ ਕਦਰ ਸੜਕਾਂ ਤੇ ਪਾਣੀ ਭਰਿਆ ਹੋਇਆ ਤੇ ਇਸ ਦੇ ਵਿੱਚ ਗੱਡੀਆਂ ਵੀ ਬੰਦ ਹੋ ਰਹੀਆਂ ਨੇ। ਕਈ ਠੇਲੇ 'ਚ ਫਸੇ ਹੋਏ ਨੇ, ਕਈ ਆਟੋ ਇਸ 'ਚ ਬੰਦ ਪਏ ਨੇ ਤੇ ਸਕੂਟੀ ਚਾਲਕ ਗੱਡੀਆਂ ਰੇੜ ਰੇੜ ਕੇ ਲੈ ਕੇ ਜਾ ਰਹੇ ਨੇ। ਇੱਥੋਂ ਤੱਕ ਕਿ ਵੱਡੀਆਂ ਗੱਡੀਆਂ ਵੀ ਇਸ ਪਾਣੀ ਦੇ ਵਿੱਚ ਬੰਦ ਪੈ ਗਈਆਂ ਨੇ, ਜਿਨ੍ਹਾਂ ਨੂੰ ਧੱਕਾ ਲਾ ਕੇ ਬਾਹਰ ਕੱਢਿਆ ਜਾ ਰਿਹਾ ਹੈ। ਸੋ ਇੱਥੇ ਲੋਕਾਂ ਦਾ ਕਹਿਣਾ ਹੈ ਕਿ ਇਹ ਸਾਰਾ ਕਸੂਰ ਪ੍ਰਸ਼ਾਸਨ ਦਾ ਹੈ ਕਿ ਮੀਂਹ ਆਉਣ ਤੋਂ ਪਹਿਲਾਂ, ਬਰਸਾਤਾਂ ਤੋਂ ਪਹਿਲਾਂ ਜਿਸ ਤਰ੍ਹਾਂ ਦੇ ਇੰਤਜ਼ਾਮ ਹੋਣੇ ਚਾਹੀਦੇ ਨੇ ਉਹ ਨਹੀਂ ਹੋਏ, ਜਿਸ ਕਰਕੇ ਹੁਣ ਮੁਸੀਬਤ ਲੋਕਾਂ ਨੂੰ ਝੱਲਣੀ ਪੈ ਰਹੀ ਹੈ। ਦੂਰ ਦੂਰ ਤੱਕ ਕਿਤੇ ਵੀ ਸੜਕ ਦੀ ਜ਼ਮੀਨ ਨਜ਼ਰ ਨਹੀਂ ਆ ਰਹੀ, ਬਲਕਿ ਹਰ ਪਾਸੇ ਪਾਣੀ ਹੀ ਪਾਣੀ ਹੈ ਤੇ ਪਾਣੀ ਵੀ ਗੋਡੇ ਗੋਡੇ ਹੈ, ਜਿਹਦੇ ਵਿੱਚੋਂ ਪੈਦਲ ਲੰਘਣਾ ਵੀ ਔਖਾ ਹੈ ਤੇ ਗੱਡੀਆਂ ਵੀ ਬੰਦ ਪੈ ਰਹੀਆਂ ਨੇ, ਜਿਸ ਕਰਕੇ ਲੋਕ ਹੁਣ ਘਰੋਂ ਬਾਹਰ ਨਿਕਲਣ ਤੋਂ ਵੀ ਗੁਰੇਜ਼ ਕਰ ਰਹੇ ਨੇ। ਪਹਿਲਾਂ ਗਰਮੀ ਦੇ ਕਰਕੇ ਲੋਕ ਘਰਾਂ 'ਚ ਕੈਦ ਸਨ ਤਾਂ ਹੁਣ ਮੀਂਹ ਨਾਲ ਇਸ ਸ਼ਹਿਰ ਦੇ ਜੋ ਹਾਲਾਤ ਹੋਏ ਨੇ ਤਾਂ ਇਸ ਕਾਰਨ ਵੀ ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲ ਪਾ ਰਹੇ ਨੇ ਤੇ ਜਿਹੜੇ ਨਿਕਲੇ ਹੋਏ ਨੇ ਉਹ ਮੁਸੀਬਤ 'ਚ ਫਸੇ ਹੋਏ ਨੇ, ਜਿਸ ਲਈ ਹੁਣ ਉਹ ਪ੍ਰਸ਼ਾਸਨ ਤੋਂ ਗੁਹਾਰ ਲਗਾ ਰਹੇ ਨੇ ਕਿ ਅਜੇ ਵੀ ਸਾਫ਼ ਸਫਾਈ ਦਾ ਧਿਆਨ ਦਿੱਤਾ ਜਾ ਸਕਦਾ ਹੈ, ਸੀਵਰੇਜ ਸਿਸਟਮ ਨੂੰ ਸਹੀ ਕੀਤਾ ਜਾਏ ਤਾਂ ਹੋ ਸਕਦਾ ਹੈ ਕਿ ਲੋਕ ਵੀ ਜਿਹੜੇ ਨੇ ਉਹ ਇਸ ਬਰਸਾਤ ਦਾ ਆਨੰਦ ਮਾਣ ਸਕਣ। ਇਹ ਜੀ ਅੱਜ ਪਹਿਲੀ ਬਾਰਿਸ਼ ਹੋਈ ਹੈ ਔਰ ਇਹ ਸਾਡੀ ਜਿਹੜੀ ਕੋਟਕਪੁਰੇ ਦੀ ਨਗਰ ਕੌਂਸਲ ਹੈ ਉਹਨਾਂ ਨੂੰ ਪਤਾ ਹੈ ਕਿ ਸਾਡੇ ਸ਼ਿਵਰ ਬੰਦ ਹੈ, ਸਾਡੇ ਨਾਲੇ ਬੰਦ ਹੈ, ਪਾਣੀ ਦੇ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਹੈ, ਪਰ ਪਤਾ ਹੋਣ ਦੇ ਬਾਵਜੂਦ ਵੀ ਇਹ ਜਿਹੜੀ ਨਗਰ ਕੌਂਸਲ ਹੈ ਸੁੱਤੀ ਪਈ ਹੈ ਔਰ ਇਹ ਕੋਈ ਮਤਲਬ ਪਾਣੀ ਦੇ ਨਿਕਾਸ ਦਾ ਕੋਈ ਪ੍ਰਬੰਧ ਨਹੀਂ ਕਰ ਰਹੀ ਔਰ ਇਹ ਅੱਜ ਦਾ ਨਹੀਂ ਹੈ, ਇਹ ਪਿਛਲੀਆਂ ਅਕਾਲੀ ਭਾਜਪਾ ਸਰਕਾਰ ਵੀ ਰਹੇਗੀ ਹੈ, ਕਾਂਗਰਸ ਦੀ ਸਰਕਾਰ ਵੀ ਬਣੀ ਰਹੀ ਹੈ, ਇਹਨਾਂ ਕੋਲੋਂ ਕੋਟਕਪੁਰੇ ਦਾ ਪਾਣੀ ਦੇ ਨਿਕਾਸ ਦਾ ਕੋਈ ਪ੍ਰਬੰਧ ਹੀ ਨਹੀਂ ਹੋਇਆ ਔਰ ਹੁਣ 2.5 ਸਾਲਾਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੇ ਇਸ ਕਰਕੇ ਚੁਣੀ ਸੀਗੀ ਵੀ ਸ਼ਾਇਦ ਉਹਨਾਂ ਨਾਲੋਂ ਵਧੀਆ ਕੰਮ ਕਰੇਗੀ, ਪਰ ਅੱਜ ਇਹ ਜਿਹੜਾ ਹਾਲਾਤ ਹੈ ਇਹ ਹਰ ਬਰਸਾਤ ਦੇ ਅੰਦਰ ਸਾਡੇ ਜਿਹੜੇ ਆ ਘਰਾਂ ਘਰਾਂ ਦੇ ਘਰ ਡੁੱਬ ਰਹੇ ਆ, ਲੋਕਾਂ ਦਾ ਭਾਰੀ ਜਾਨੀ ਮਾਲੀ ਨੁਕਸਾਨ ਹੋ ਰਿਹਾ ਔਰ ਇੱਥੋਂ ਤੱਕ ਕਿ ਆ ਸਾਡੀ ਗਿਆਨੀ ਜੈਲ ਸਿੰਘ ਮਾਰਕੀਟ ਹੈ, ਇੱਧਰ ਤੁਸੀਂ ਨਿਗਾਹ ਮਾਰ ਲਓ, ਇਹਦੇ 72 ਦੁਕਾਨਾਂ, ਹਰ ਦੁਕਾਨਦਾਰ ਆਪਣਾ ਕਿਰਾਇਆ ਹਰ ਮਹੀਨੇ ਦਿੰਦਾ, ਜਿਨ੍ਹਾਂ ਦੀਆਂ ਛੱਤਾਂ ਚੋਰੀਆਂ ਕਿਹਨੂੰ ਕਿਰਾਇਆ ਦਿੰਦਾ, ਕਿੰਨੇ ਨੂੰ ਦਿੰਦਾ ਕਿਰਾਇਆ,
ਕਿਰਾਇਆ ਨਗਰ ਕੌਂਸਲ ਨੂੰ ਜਾਂਦਾ ਜੀ। ਨਗਰ ਕੌਂਸਲ ਨੂੰ ਹਰ ਮਹੀਨੇ ਕਿਰਾਇਆ ਦਿੰਦੇ ਆ। ਕਿਰਾਇਆ ਦੇਣ ਦੇ ਬਾਵਜੂਦ ਵੀ ਅਸੀਂ ਨਗਰ ਕੌਂਸਲ ਨੂੰ ਬਾਰ ਬਾਰ ਬੇਨਤੀ ਕੀਤੀ ਹੈ ਵੀ ਸਾਨੂੰ ਛੱਤਾਂ ਉੱਚੀਆਂ ਕਰਨ ਦਾ ਇਜਾਜ਼ਤ ਦੇ ਦਿਓ, ਅਸੀਂ ਆਪਣੇ ਪੈਸੇ ਲਾ ਕੇ ਛੱਤਾਂ ਉੱਚੀਆਂ ਕਰ ਦਿਆਂਗੇ। ਪਰ ਨਗਰ ਕੌਂਸਲ ਦੇ ਕਿਸੇ ਗੱਲ ਦੀ ਤਸ ਤੋਂ ਮਸ ਨਹੀਂ ਹੋ ਰਹੇ, ਔਰ ਕਦੇ ਤਾਂ ਉਹ ਆਮ ਆਦਮੀ ਪਾਰਟੀ ਦੇ ਕਿੱਚੜ ਸੁੱਟ ਦਿੰਦੇ ਆ, ਕਦੇ ਉਹ ਆਪਣੇ ਆਪ ਤੋਂ ਮਤਲਬ ਦੁਖੀ ਮਹਿਸੂਸ ਕਰਦੇ ਆ। ਸਾਨੂੰ ਕੋਈ ਇਜਾਜ਼ਤ ਨਹੀਂ ਦੇ ਰਹੇ, ਅਸੀਂ ਬੇਹੱਦ ਦੁਖੀ ਆ। ਸਾਡੀਆਂ ਦੁਕਾਨਾਂ ਦੇ ਅੰਦਰ ਪਾਣੀ ਵੜ ਚੁੱਕਿਆ, ਤੁਸੀਂ ਦੇਖ ਲਓ। ਸਾਡੀਆਂ ਜਿਹੜਾ ਮਾਰਕੀਟ ਹੈ ਇਸ ਵਕਤ ਪੂਰੇ ਦੁਕਾਨਦਾਰਾਂ ਦਾ, ਜਿਵੇਂ ਕਰਿਆਨਾ ਸਟੇਸ਼ਨ ਵਾਲਾ, ਕਰਿਆਨੇ ਵਾਲੇ ਦਾ, ਉਹਦਾ ਵੀ ਭਾਰੀ ਨੁਕਸਾਨ ਹੋ ਚੁੱਕਿਆ। ਖੰਡ ਦਾ, ਗੁੜ ਦਾ, ਚਾਹ ਦਾ, ਪਾਣੀ ਵੜਨ ਨਾਲ ਸਾਰਾ ਕੁਝ ਭਿੱਜ ਗਿਆ, ਜਿਹਦਾ ਭਾਰੀ ਨੁਕਸਾਨ ਹੋਇਆ। ਮੈਂ ਆਪਦੇ ਕੰਮ ਤੇ ਚੱਲਿਆ ਸੀ, ਬਠਿੰਡਾ ਰੋਡ ਤੇ ਮੇਰੀ ਸ਼ੋਪ ਹੈ ਜੀ, ਬਟ ਮੇਰਾ ਹੁਣ ਹਾਲ ਦੇਖ ਲਓ, ਸਾਰਾ ਮੈਂ ਪਾਣੀ ਦੇ ਵਿੱਚ ਭਿੱਜ ਚੁੱਕਾ ਜੀ। ਹੁਣ ਵਾਪਸ ਆਪਣੇ ਘਰੇ ਜਾ ਰਿਹਾ। ਨਗਰ ਕੌਂਸਲ ਦਾ ਕੋਈ ਜ਼ਿੰਮੇਵਾਰੀ ਨਹੀਂ ਆ, ਪਾਣੀ ਦੀ ਕੋਈ ਨਿਕਾਸੀ ਨਹੀਂ, ਕੀ ਹੋ ਰਿਹਾ, ਸ਼ਹਿਰ ਦਾ ਬੁਰਾ ਹਾਲ ਹੋ ਰਿਹਾ ਜੀ। ਬਸ ਹੁਣ ਵਾਪਸ ਘਰੇ ਜਾ ਰਿਹਾ, ਕੱਪੜੇ ਚੇਂਜ ਵਗੈਰਾ ਕਰਕੇ ਫਿਰ ਦੇਖਦਾ ਕਿਸੇ ਹੋਰ ਰਸਤੇ ਰਾਹੀਂ ਜਾਣ ਦੀ ਕੋਸ਼ਿਸ਼ ਕਰਦਾ ਮੈਂ ਆਪਦੇ ਕੰਮ। ਲੇਟ ਜਾਓਗੇ ਫਿਰ ਮਾਲਕ ਵੀ ਤੁਹਾਨੂੰ ਕਹੂਗਾ ਤੁਸੀਂ ਲੇਟ ਦੇ ਪਹੁੰਚੇ ਹੋ। ਮਜਬੂਰੀ ਹੈ ਸਰ, ਦੇਖੋ ਹੁਣ ਮੈਂ ਇਸ ਪੋਜੀਸ਼ਨ ਦੇ ਵਿੱਚ ਤਾਂ ਜਾ ਨਹੀਂ ਸਕਦਾ ਜੀ। ਹਾਂ, ਵਹੀਕਲ ਬੰਦ ਹੋ ਚੁੱਕਿਆ ਹੈ, ਕੱਪੜੇ ਗਿੱਲੇ ਹੋ ਚੁੱਕੇ ਆ, ਕੀ ਕੀਤਾ ਜਾ ਸਕਦਾ। ਪਹਿਲਾਂ ਗਿਆ ਦਾ ਤਾਂ ਪਾਈ ਆ ਨਗਰ ਕੌਂਸਲ ਨੇ, ਉਸ ਤੋਂ ਬਾਅਦ ਕੋਈ ਆਏ ਨਹੀਂ, ਦੇਖਿਆ ਹੀ ਨਹੀਂ ਆ ਵੀ ਜਿਹੜੇ ਨਗਰ ਕੌਂਸਲ ਵਾਲੇ ਆ ਉਹਨੂੰ ਚਾਹੀਦਾ ਸੀ, ਕੋਲੇ ਪੈਪ ਲਾਉਣੇ ਪਏ ਆ, ਪੈਪਾਂ ਦੇ ਕੋਲੇ ਖੜਦੇ ਵੀ ਭਾਈ ਇਸ ਕੰਮ ਸਹੀ ਕਰੀਏ, ਤਾਂ ਕਹਿੰਦੇ ਕਿਹਾ ਗਿਆ ਇੱਥੇ ਜੀ। ਤਿੰਨ ਵਾਰੀ ਮਿੱਟੀ ਸੀ ਆਪ ਪਾ ਲਈ ਆ ਇੱਥੇ, ਹੁਣ ਫਿਰ ਨਾ ਹੋ ਗਿਆ, ਹੁਣ ਜਿਹੜਾ ਫਸ ਗਿਆ ਸੀ ਆ ਸਭ ਨਗਰ ਕੌਂਸਲ ਦੀ ਨਲਾਇਕੀ ਆ। ਜਿੱਥੇ ਕੰਮ ਹੁੰਦਾ ਕੋਈ ਕਮੇਟੀ ਦਾ ਜਾਂ ਸਰਕਾਰ ਦਾ, ਉਹ ਦੇਖਦੇ ਹੀ ਨਹੀਂ ਆ ਕੇ, ਬੰਦੇ ਨੂੰ ਦੇਖਣਾ ਚਾਹੀਦਾ ਜੇ ਤਾਂ ਕਿੰਨਾ ਕਿੰਨਾ ਪਾਣੀ। ਦੇਖੋ ਮੇਰੇ ਕੋਲ ਅੱਜ ਸਾਡੀ ਰੱਖਿਆ ਪਿਆ ਟਾਇਰ ਆ, ਸਾਡੀ ਦੁਕਾਨ 'ਚ ਪਾਣੀ ਵਰ ਗਿਆ, ਇੱਧਰ ਉੱਧਰ ਪਾਣੀ ਵਰ ਗਿਆ, ਕੋਈ ਹੈ ਨਹੀਂ ਗਾ, ਨਿਕਾਸ ਹੈ ਨਹੀਂ ਜਾਣਾ ਜੀ। ਨਾਲੇ ਜਮਾਂ ਬੰਦ ਪਏ ਆ ਪਾਣੀ ਵਾਲੇ, ਕੋਈ ਨਹੀਂ ਕਰਦਾ ਪਿਆ, ਨਹੀਂ ਸਕਦਾ ਜੀ। ਜਿੰਦੇ ਸਾਰੇ ਬਾਜ਼ਾਰਾਂ 'ਚ ਜਾ ਕੇ ਫਿਰ ਲੋਕਾਂ ਨੇ ਥੜੀਆਂ ਉੱਚੀਆਂ ਜੇ ਕੀਤੀਆਂ, ਆਪਦੇ ਆਪਦੀਆਂ ਸਾਈਡਾਂ ਉੱਚੀਆਂ ਕਰ ਲਈਆਂ, ਬਜਾਵੇ ਸੜਕ ਨੀਵੀਂ ਰਹਿ ਗਈ ਆ, ਅਤੇ ਪਾਣੀ ਉੱਥੇ ਬਹੁਤ ਪੈ ਖੜਾ, ਕੋਈ ਖਿਆਲ ਨਹੀਂ ਕਰਦਾ, ਕੋਈ ਆਉਂਦਾ ਨਹੀਂ ਆ, ਕੋਈ ਸੈਨਟਰੀ ਵਗੈਰਾ ਆ ਗਏ ਕਿ ਜੇ ਪੈਪ ਪਾਈਏ ਚੈੱਕ ਕਰਦਾ ਬਾਈ ਕਿਵੇਂ ਪੈਪ ਸਹੀ ਪਾਈ ਜਾਂਦੇ ਆ, ਟੋਇਲਟਾਂ ਨਹੀਂ ਛੱਡਦੇ। ਉਹ ਮਿੱਟੀ ਸਾਰੀ ਕੱਢ ਗਏ ਬਾਹਰ, ਸਾਰੀ ਮਿੱਟੀ ਕੱਢਦੀ ਬਾਬਾ ਮੋਲ ਲੱਗਿਆ, ਉਹ ਟੋਏ ਪੁੱਤੋ ਤੇ ਪੋਲੀ ਪੋਲੀ ਕਰ ਗਏ, ਅੱਜ ਚਾਰ ਵਾਰੀ ਮਿੱਟੀ ਪਾ ਲਈ ਅਸੀਂ, ਪਾਣੀ ਬਹੁਤ ਬੰਦਾ ਵਰ ਗਿਆ ਜੀ ਦੁਕਾਨਾਂ 'ਚ। ਕਾਹਦਾ ਕੰਮ ਕਰਦੇ ਤੁਸੀਂ? ਕਰਿਆਨੇ ਦਾ, ਸਬਜ਼ੀ ਦਾ। ਕਿੰਨਾ ਦੀਆਂ ਦੁਕਾਨਾਂ ਇਹ? 300 ਕੈਂਟੀ ਦੀਆਂ ਜੀ। ਕੀ ਕਹੋਗੇ ਇਹਦੇ ਬਾਰੇ ਪਾਣੀ ਜਾਣ ਦਾ? ਪਾਣੀ ਬਹੁਤ, ਕੋਈ ਨਿਕਾਸੀ ਹੈ ਨਹੀਂ ਪਾਣੀ ਦੇ ਪਾਸੇ ਜੀ, ਲੋਕ ਮਹੀਂ ਆਉਂਦਾ ਸਾਡੀ ਗੱਲ ਪਾਣੀ ਵਰਦਾ ਬਹੁਤ ਨੁਕਸਾਨ ਹੁੰਦਾ, ਇੱਕ ਛੱਤਾਂ ਡਿੱਗਣ ਵਾਲੀ ਹੋ ਜਾਂਦੀਆਂ, ਬਹੁਤ ਨੁਕਸਾਨ ਸਾਡਾ ਹੋ ਜਾਂਦਾ। ਇਹ ਨਗਰ ਕੌਂਸਲ ਦੀ ਦੁਕਾਨਾਂ ਜੀ, ਸਾਨੂੰ ਕਿਰਾਇਆ ਪੂਰਾ ਲੈ ਰਹੇ, ਸਾਨੂੰ ਕੋਈ ਰਿਪੇਅਰਿੰਗ ਕਰਾ ਕੇ ਦੇ ਰਹੇ।